ਨਿਯੁਕਤੀ ਦਾ ਕੰਮ ਸ਼ੁਰੂ ਹੋ ਗਿਆ। ਜੀ ਹਾਂ, 8 ਵੱਜ ਚੁੱਕੇ ਨੇ, ਜਿਸਦਾ ਇੰਤਜ਼ਾਰ ਸੀ ਅਸੀਂ ਪਿਛਲੇ 1 ਘੰਟੇ ਤੋਂ ਜ਼ਿਕਰ ਕਰ ਰਹੇ ਹਾਂ। 8 ਵੱਜ ਚੁੱਕੇ ਨੇ, ਯਾਨੀ ਕਿ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਲੋਕ ਸਭਾ ਚੋਣਾਂ ਦੇ ਵਿੱਚ ਨਤੀਜੇ ਕੀ ਰਹੇ, ਉਹ 1 ਮਹੀਨਾ ਪੁਰਾਣੀ ਗੱਲ ਹੋ ਗਈ। ਵਿਧਾਨ ਸਭਾ 2022 ਦੇ ਵਿੱਚ ਨਤੀਜੇ ਕਿਸ ਤਰੀਕੇ ਨਾਲ ਗਏ, ਉਹ ਵੀ 1 ਪੁਰਾਣੀ ਗੱਲ ਹੋ ਗਈ। ਤੇ ਹੁਣ ਵਾਰੀ ਹੈ ਜ਼ਿਮਨੀ ਚੋਣ ਦੀ। ਇੱਥੋਂ MLA ਬਣ ਕੇ ਕੌਣ ਚੜ੍ਹਦਾ ਹੈ ਵਿਧਾਨ ਸਭਾ ਦੀਆਂ ਪੌੜੀਆਂ, ਅਗਲੇ 2 ਤੋਂ 3 ਘੰਟੇ ਦੇ ਵਿੱਚ ਸਾਫ਼ ਹੋ ਜਾਏਗਾ ਕਿ ਜਲੰਧਰ ਦੇ ਵਿੱਚ ਹੀ ਬੈਠਣਾ ਹੋਏਗਾ ਜਾਂ ਫਿਰ ਚੰਡੀਗੜ੍ਹ ਵਾਲੇ ਪਾਸੇ ਨੂੰ ਗੱਡੀ ਮੋੜਨੀ ਹੋਏਗੀ। ਕਿਉਂਕਿ ਲੋਕਾਂ ਨੇ ਜੋ ਫਤਵਾ ਸੁਣਾਇਆ ਉਹ ਥੋੜੀ ਦੇਰ ਦੇ ਵਿੱਚ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾਏਗਾ। ਵੋਟਾਂ ਦੀ ਗਿਣਤੀ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਜੋ ਅਸੀਂ ਜ਼ਿਕਰ ਕਰ ਰਹੇ ਹਾਂ। ਦੇਖੋ, ਵੋਟਾਂ ਦੀ ਗਿਣਤੀ ਦਾ ਪ੍ਰੋਸੈਸ ਇਹ ਸਾਰਾ ਹੁੰਦਾ ਹੈ ਕਿ EVM ਖੁੱਲਦੀ ਹੈ, ਇਕੱਲੀ ਇਕੱਲੀ EVM ਜਿਹੜੇ ਉੱਥੇ ਕਾਊਂਟਿੰਗ ਏਜੰਟ ਬੈਠੇ ਹੁੰਦੇ ਨੇ ਪੋਲੀਟੀਕਲ ਪਾਰਟੀਆਂ ਦੇ, ਉਹਨਾਂ ਦੇ ਸਾਹਮਣੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਇੱਕ ਇੱਕ ਕਰਕੇ EVM ਖੁੱਲਦੀ ਰਹਿਣਗੀਆਂ, ਇੱਕ ਇੱਕ ਕਰਕੇ ਜਿਹੜੇ ਰੁਝਾਨ ਸਾਡੇ ਕੋਲ ਸਾਹਮਣੇ ਆਉਂਦੇ ਰਹਿਣਗੇ। ਅਲੱਗ ਅਲੱਗ ਰਾਊਂਡ ਦੇ ਜ਼ਰੀਏ ਪੂਰੀ ਕਾਊਂਟਿੰਗ ਹੁੰਦੀ ਹੈ ਔਰ ਕਾਬਲੇ ਗੌਰ ਹੈ 181 EVM ਹੈਗੀਆਂ ਨੇ, ਕਰੀਬ ਕਰੀਬ 1 ਲੱਖ ਵੋਟਾਂ ਗਿੰਨੀਆਂ ਹੋਣਗੀਆਂ EVM ਦੇ ਜ਼ਰੀਏ, ਯਾਨੀ ਸਮਾਂ ਜ਼ਿਆਦਾ ਨਹੀਂ ਲੱਗਣਾ। ਪਰ ਇਹ ਕਿ EVM ਨੂੰ ਖੋਲ੍ਹਣ ਦਾ, ਸਾਈਨ ਕਰਨ ਦਾ ਪ੍ਰੋਸੈਸ ਜਿਹੜਾ ਹੁੰਦਾ ਉਹ ਥੋੜ੍ਹਾ ਜਿਹਾ ਜ਼ਰੂਰ 1 ਵਾਰੀ ਲੰਬਾ ਪ੍ਰੋਸੈਸ ਹੁੰਦਾ। ਅਗਲੇ 5 ਮਿੰਟ ਦੇ ਵਿੱਚ ਜਾਂ 5 ਤੋਂ 10 ਮਿੰਟ ਦੇ ਵਿੱਚ ਉਮੀਦ ਕਰਦੇ ਹਾਂ ਕਿ ਸਾਡੇ ਕੋਲ ਪਹਿਲਾ ਰੁਝਾਨ ਜਲੰਧਰ ਵੈਸਟ ਦਾ ਪਹੁੰਚ ਜਾਏਗਾ ਕਿ ਜਲੰਧਰ ਵੈਸਟ ਦੇ ਵਿੱਚ ਕਿਸ ਦੇ ਖਾਤੇ ਦੇ ਵਿੱਚ ਪਹਿਲਾ ਰੁਝਾਨ ਜਾਂਦਾ, ਉਸਦੇ ਉੱਤੇ ਨਜ਼ਰ ਹੈ। ਆਮ ਤੌਰ ਤੇ ਗੁਰਜੋਤ ਇਹ ਕਿਹਾ ਜਾਂਦਾ ਕਿ ਜੇ ਰੁਝਾਨਾਂ ਦੇ ਵਿੱਚ ਜੇ 1 ਵਾਰੀ ਲੀਡ ਹਾਸਲ ਕਰ ਲਓ ਤਾਂ ਫਿਰ ਸ਼ੁਰੂਆਤ ਚੰਗੀ ਹੋ ਜਾਏ, ਤਾਂ ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਆਸਾਨ ਰਹਿੰਦਾ ਕੰਮ ਨਾ ਕਿ ਅੱਗੇ ਜਾ ਕੇ ਵੋਟਾਂ ਦੀ ਲੀਡ ਜਿਹੜੀ ਹੈ ਉਹ ਕਿਵੇਂ ਅੱਗੇ ਵੱਧਦੀ ਰਹੇਗੀ, ਕਿਵੇਂ ਉਹਨਾਂ ਦੇ ਖਾਤੇ ਦੇ ਵਿੱਚ ਜਾਂਦੀਆਂ ਰਹਿਣਗੀਆਂ, ਫਿਰ ਦੇਖਣਾ ਹੋਏਗਾ। ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਣਗੇ, ਕਾਊਂਟਿੰਗ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ। ਬਿਲਕੁਲ, ਔਰ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ, ਪਰ 2022 ਤੋਂ ਲੈ ਕੇ 2024 ਦੇ ਵਿੱਚ, ਹੁਣ 2 ਸਾਲਾਂ ਦੇ ਵਿੱਚ ਲੋਕਾਂ ਦਾ ਕੀ ਮਨ ਹੈ? ਵਕਾਰੀ ਸੀਟ ਅਸੀਂ ਇਸ ਕਰਕੇ ਵੀ ਕਹਿ ਰਹੇ ਹਾਂ ਕਿ ਇਸ ਵੇਲੇ ਸਰਕਾਰ, ਮੌਜੂਦਾ ਸਰਕਾਰ, ਆਮ ਆਦਮੀ ਪਾਰਟੀ ਦਾ ਵੀ ਟੈਸਟ ਹੋਏਗਾ ਕਿ ਆਖਰਕਾਰ ਜਲੰਧਰ ਦੇ ਵਿੱਚ ਲੋਕ ਕੀ ਸੋਚਦੇ ਨੇ, ਕਿ ਉਹਨਾਂ ਦੀ ਸਰਕਾਰ ਤੋਂ ਖੁਸ਼ ਨੇ ਜਾਂ ਫਿਰ ਨਹੀਂ। ਔਰ ਦੂਸਰੇ ਪਾਸੇ ਜੇਕਰ ਬੀਜੇਪੀ ਦਾਵਾ ਕਰਦੀ ਹੈ ਕਿ ਸ਼ੀਤਲ ਅੰਗੁਰਾਲ ਦੇ ਕੰਮ ਨਹੀਂ ਹੋਏ, ਤਾਂ ਸ਼ੀਤਲ ਅੰਗੁਰਾਲ ਤੇ ਕਿੰਨਾ ਲੋਕਾਂ ਨੇ ਭਰੋਸਾ ਜਿਤਾਇਆ, ਔਰ ਬੀਜੇਪੀ ਦਾ ਆਪਣਾ ਵੋਟ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਬਰਕਰਾਰ ਹੈ ਜਾਂ ਫਿਰ ਨਹੀਂ। ਤਾਂ ਕੁੱਲ ਮਿਲਾ ਕੇ ਇਹ ਸੀਟ ਜਿਹੜੀ ਹੈ ਉਸ ਤੇ ਹੁਣ ਨਤੀਜਾ ਥੋੜੀ ਦੇਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ, ਔਰ ਕਿੰਨਾ ਕੁ ਲੋਕਾਂ ਦਾ ਮਨ ਉੱਥੇ ਟਿਕਿਆ ਹੋਇਆ ਔਰ ਕਿੰਨਾ ਕੁ ਬਦਲਿਆ ਹੈ ਇਹ ਸਾਫ਼ ਹੋਏਗਾ। ਤਾਂ ਬਾਕੀ ਜੇਕਰ ਕੈਂਡੀਡੇਟ ਦਾ ਜ਼ਿਕਰ ਕੀਤਾ ਜਾਵੇ, ਮਹਿਲਾ ਉਮੀਦਵਾਰ ਵੀ ਨੇ, ਤਾਂ ਮਹਿਲਾ ਉਮੀਦਵਾਰਾਂ ਤੇ ਕਿੰਨਾ ਲੋਕਾਂ ਨੇ ਭਰੋਸਾ ਜਤਾਇਆ? ਜਦੋਂ ਸੁਰਿੰਦਰ ਕੌਰ ਇਹ ਕਹਿ ਰਹੇ ਹੋਣ ਕਿ ਲੋਕਾਂ ਨੇ ਵਿਸ਼ਵਾਸ ਜਤਾਇਆ ਹੈ, ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਨੂੰ ਦੁਬਾਰਾ ਜਿਹੜਾ ਮੌਕਾ ਮਿਲੇ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਹਾਲ ਹੀ ਦੇ ਵਿੱਚ 1.5 ਮਹੀਨੇ ਕਰੀਬ ਪਹਿਲਾਂ ਨਤੀਜੇ ਆਉਂਦੇ ਨੇ ਔਰ ਉਸ ਦੇ ਵਿੱਚ ਜਲੰਧਰ ਤੋਂ ਚਰਨਜੀਤ ਚੰਨੀ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਦੇ ਨੇ, ਤਾਂ ਜਿਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਕਾਂਗਰਸ ਦਾ ਵੋਟ ਕਿੰਨਾ ਕਾਇਮ ਰਿਹਾ ਹੈ। ਉਸੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਜਾਏ ਤਾਂ ਕੁੱਲ ਮਿਲਾ ਕੇ ਇਸ ਵੇਲੇ ਉਹਨਾਂ ਦਾ ਕਹਿਣਾ ਕਿ ਲੋਕ ਸਾਡੇ ਨਾਲ ਹੋਣ ਜਾਂ ਨਾ ਹੋਣ ਤਾਂ ਅਸੀਂ ਕੈਂਡੀਡੇਟ ਆਪਣਾ ਜ਼ਰੂਰ ਖੜਾ ਕਰਾਂਗੇ। ਇਹ ਅਕਾਲੀ ਦਲ ਦੇ ਬਾਗੀ ਧੜੇ ਦਾ ਕਹਿਣਾ ਸੀ, ਤਾਂ ਉਹਨਾਂ ਦਾ ਵੀ ਆਪਣੇ ਆਪ ਦੇ ਵਿੱਚ ਇੱਕ ਟੈਸਟ। ਜੀ ਬਿਲਕੁਲ, ਟੈਸਟ ਦਾ ਸ਼ਬਦ ਹੈ, ਹਰ ਇੱਕ ਪੋਲੀਟੀਕਲ ਪਾਰਟੀ ਦੇ ਆਗੂ ਦਾ, ਹਰ ਇੱਕ ਪੋਲੀਟੀਕਲ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਟੈਸਟ ਹੈ। ਟੈਸਟ ਇਸ ਕਰਕੇ ਵੀ ਹੈ ਕਿਉਂਕਿ 1 ਮਹੀਨਾ ਪਹਿਲਾਂ ਲੋਕ ਸਭਾ ਚੋਣਾਂ ਦੇ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਉਸ ਇਲੈਕਸ਼ਨ ਦੇ ਰਿਜ਼ਲਟ ਨੂੰ ਦੇਖਿਆ ਗਿਆ। ਬੀਜੇਪੀ ਕਹਿੰਦੀ ਕਿ ਸਾਨੂੰ 25 ਲੱਖ ਵੋਟਾਂ ਪੈ ਗਈਆਂ ਪੂਰੇ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਕਹਿੰਦੀ ਹੈ ਲੋਕਾਂ ਨੇ ਭਰੋਸਾ ਜਿਤਾਇਆ ਸਾਨੂੰ ਬਹੁਤ ਸਾਰੀਆਂ ਸੀਟਾਂ ਦੇ ਉੱਤੇ। ਕਾਂਗਰਸ ਨੂੰ ਲੱਗਦਾ ਕਿ ਅਸੀਂ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੇ, ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਰਹੀਆਂ ਨੇ, ਫਿਰ ਦੇਖਣਾ ਹੋਏਗਾ ਕਿ ਜ਼ਿਮਨੀ ਚੋਣ, ਕਿਉਂਕਿ ਇੱਕੋ ਸੀਟ ਸੀ ਤਾਂ ਫੋਕਸ ਕੰਪਲੀਟਲੀ ਉਸ ਸੀਟ ਦੇ ਉੱਤੇ ਹਰ ਪੋਲੀਟੀਕਲ ਪਾਰਟੀ ਦੇ ਆਗੂ ਦਾ ਰਿਹਾ ਹੈ, ਜਿਹੜੇ ਪੰਜਾਬ ਦੇ ਆਗੂ ਨੇ। ਹੁਣ ਉਹ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰਨ ਦੇ ਵਿੱਚ ਕਾਮਯਾਬ ਰਹੇ ਨੇ? ਜਦੋਂ ਇੱਕ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋ ਰਿਹਾ ਹੋਵੇ ਵਿਧਾਨ ਸਭਾ ਦੀ,
ਤਾਂ ਫਿਰ ਉਸਦੇ ਉੱਤੇ ਫੋਕਸ ਬਹੁਤ ਹੋ ਜਾਂਦਾ ਹੈ। ਜਿਹੜੇ ਉੱਥੇ ਵਾਰਡਸ ਹੁੰਦੇ ਨੇ, ਜਿਹੜੇ ਮੁਹੱਲੇ ਹੁੰਦੇ ਨੇ, ਪੂਰੇ ਮੁਹੱਲਿਆਂ ਦਾ ਇੱਕ ਤਰੀਕੇ ਨਾਲ ਪੂਰਾ ਪਲਾਨ ਤਿਆਰ ਕਰ ਲਿਆ ਜਾਂਦਾ ਕਿ ਕਿਹੜੇ ਮੁਹੱਲੇ ਦੇ ਵਿੱਚ ਕਿਹੜਾ ਆਗੂ ਹੋਏਗਾ। ਹਰ ਪੋਲੀਟੀਕਲ ਪਾਰਟੀ, ਇਹ ਸਿਰਫ ਇੱਕ ਪੋਲੀਟੀਕਲ ਪਾਰਟੀ ਤੱਕ ਸੀਮਿਤ ਨਹੀਂ ਹੈ, ਤਾਂ ਉਹੀ ਅੱਜ ਪਤਾ ਲੱਗੇਗਾ ਥੋੜ੍ਹੀ ਦੇਰ ਦੇ ਵਿੱਚ। ਬਿਲਕੁਲ ਸਭ ਤੋਂ ਪਹਿਲਾਂ ਨਤੀਜੇ ਸਾਡੇ ਤੋਂ ਤੱਕ ਪਹੁੰਚਣ ਤੋਂ ਪਹਿਲਾਂ ਵੀ ਤੁਹਾਡੇ ਤੱਕ ਪਹੁੰਚ ਜਾਣਗੇ ਇਸ ਸਕਰੀਨ ਦੇ ਜ਼ਰੀਏ, ਕਿਉਂਕਿ ਸਕਰੀਨ ਦੇ ਉੱਤੇ ਤੁਹਾਨੂੰ ਜੋ ਨਜ਼ਰ ਆ ਰਿਹਾ ਕੌਣ ਅੱਗੇ ਹੋਏਗਾ, ਕੌਣ ਪਿੱਛੇ, ਕਿਸ ਦੇ ਖਾਤੇ ਦੇ ਵਿੱਚ ਕਿੰਨੀਆਂ ਵੋਟਾਂ ਜਾ ਰਹੀਆਂ ਨੇ, ਉਹ ਸਭ ਸਕਰੀਨ ਦੇ ਉੱਤੇ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ। ਔਰ ਪੋਲੀਟੀਕਲ ਤੌਰ ਦੇ ਉੱਤੇ ਇਹ ਬਹੁਤ ਵੱਡੀ ਵਕਾਰੀ ਸੀਟ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਲਈ, ਕਾਂਗਰਸ ਦੇ ਲਈ, ਔਰ ਇਸ ਦੇ ਨਾਲ ਨਾਲ ਚਾਹੇ ਬੀਜੇਪੀ ਹੋਵੇ ਔਰ ਦੂਜੀਆਂ ਜਿਹੜੀਆਂ ਤੇ ਰਹਿ ਗਈਆਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਬਹੁਜਨ ਸਮਾਜ ਪਾਰਟੀ ਹੋਵੇ, ਇੱਥੇ ਕੌਣ ਜਿੱਤਦਾ ਹੈ ਦੇਖਣਾ ਹੋਏਗਾ। ਤਾਂ ਬਿਲਕੁਲ, ਖਾਸ ਤੌਰ 'ਤੇ ਜਦੋਂ ਵੋਟਰ ਸਾਇਲੈਂਟ ਹੋਵੇ, ਜਦੋਂ ਵੋਟਰ ਜਿਹੜੇ ਨੇ ਉਹ ਘਰ ਘਰ ਜਾ ਕੇ ਡੋਰ ਟੂ ਡੋਰ ਵੀ ਮੰਗੇ ਗਏ ਹੋਣ, ਜਦੋਂ ਮੁੱਖ ਮੰਤਰੀ, ਮੰਤਰੀ ਔਰ ਹੋਰ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਆਗੂ ਜਿਹੜੇ ਨੇ ਉਹ ਸਾਨੂੰ ਜਲੰਧਰ ਦੇ ਵਿੱਚ ਨਜ਼ਰ ਆਏ ਹੋਣ, ਸੜਕਾਂ 'ਤੇ ਨਜ਼ਰ ਆਏ ਹੋਣ, ਰਾਜਾ ਵੜਿੰਗ ਉਹਨਾਂ ਦੇ ਪਤਨੀ ਖੁਦ ਪਹੁੰਚੇ ਹੋਏ ਸੀ, ਸੁਰਜ ਆਖੜ, ਤਾਂ ਸਾਰੇ ਵੱਡੇ ਆਗੂਆਂ ਦਾ ਇੱਥੇ ਪੂਰਾ ਜ਼ੋਰ ਲੱਗਿਆ ਹੈ। ਔਰ ਵੋਟਰ ਹਮੇਸ਼ਾ ਹੀ ਕਹਿੰਦਾ ਹੈ ਬਿਲਕੁਲ ਜੀ ਵਿਸ਼ਵਾਸ ਕਰਾਂਗੇ ਔਰ ਤੁਹਾਡੇ 'ਤੇ ਹੀ ਭਰੋਸਾ ਹੋਏਗਾ, ਪਰ ਵੋਟਰਾਂ ਨੇ ਆਖਿਰਕਾਰ ਕਿਸ 'ਤੇ ਭਰੋਸਾ ਜਿਤਾਇਆ ਹੈ ਜਾਂ ਕਿਸ ਦੇ ਹੱਕ ਦੇ ਵਿੱਚ ਵੋਟ ਪਕਤਾਇਆ ਹੈ, ਆਪਣੇ ਆਪ ਦੇ ਵਿੱਚ ਸਵਾਲ ਹੁਣ ਤੱਕ ਬਣਿਆ ਹੋਇਆ ਸੀ, ਪਰ ਥੋੜ੍ਹੀ ਦੇਰ ਦੇ ਵਿੱਚ ਇਹ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਔਰ ਥੋੜ੍ਹੀ ਦੇਰ ਦੇ ਵਿੱਚ ਪਹਿਲਾ ਰੁਝਾਨ ਆਏਗਾ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਪਹਿਲਾ ਰੁਝਾਨ ਆਏਗਾ ਸਕਰੀਨ 'ਤੇ ਕਿ ਆਖਿਰਕਾਰ ਕਿਸ ਦੇ ਹੱਕ ਦੇ ਵਿੱਚ ਵੋਟਾਂ ਜਾ ਰਹੀਆਂ ਨੇ, ਪਹਿਲੀ ਜਦੋਂ EVM ਮਸ਼ੀਨ ਖੁੱਲਦੀ ਹੈ ਕਿੰਨੀਆਂ ਵੋਟਾਂ ਕਿਸ ਦੇ ਖਾਤੇ ਦੇ ਵਿੱਚ ਨੇ, ਕੀ ਆਖਿਰਕਾਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੂਸਰੇ ਪਾਸੇ BJP ਨਾਲ ਹੀ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਕੁਝ ਇਸ ਵੇਲੇ ਸਾਨੂੰ ਨਜ਼ਰ ਆਏਗੀ ਟੱਕਰ, ਔਰ ਕਿੰਨੇ ਕੁ ਵੋਟਾਂ ਜਿਹੜੀਆਂ ਨੇ ਉਹਨਾਂ ਦੇ ਖਾਤੇ ਵਿੱਚੋਂ ਨਿਕਲਦੀਆਂ ਨੇ, ਇਹ ਬੇਗਦ ਹੈ। ਔਰ ਥੋੜ੍ਹੀ ਦੇਰ ਦੇ ਵਿੱਚ ਰੁਝਾਨ ਆਉਣਾ ਸ਼ੁਰੂ ਹੋ ਜਾਏਗਾ, ਕਿਉਂਕਿ ਨਜ਼ਰਾਂ ਟਿੱਕੀਆਂ ਹੋਈਆਂ ਨੇ ਔਰ ਆਪਣੇ ਆਪ ਦੇ ਵਿੱਚ ਵਾਰ ਵਾਰ ਜ਼ਿਕਰ ਕਰਾਂਗੇ, ਜਦੋਂ 2.5 ਸਾਲ ਕੰਮ ਹੋ ਗਏ ਹੋਣ ਆਮ ਆਦਮੀ ਪਾਰਟੀ ਦੇ, ਜਦੋਂ ਇਹ ਦਾਅਵਾ ਹੋਵੇ ਕਿ ਲੋਕਾਂ ਦੀ ਸਰਕਾਰ ਹੈ, ਬਿਜਲੀ ਮੁਫ਼ਤ ਦੇ ਰਹੇ ਹਾਂ ਔਰ ਹੋਰ ਬਹੁਤ ਸਾਰੇ ਕੰਮ ਕੀਤੇ ਗਏ ਨੇ, ਤੇ ਜਦੋਂ ਕਾਂਗਰਸ ਕਹਿ ਰਹੀ ਹੋਵੇ ਕਿ ਲੋਕ ਅੱਕ ਚੁੱਕੇ ਨੇ, BJP ਕਹਿ ਰਹੀ ਹੋਵੇ ਲਾਅ ਐਂਡ ਆਰਡਰ ਦਾ ਸਮੱਸਿਆ ਬਹੁਤ ਵੱਡੀ ਹੈ, ਉਸ ਨੂੰ ਲੈ ਕੇ ਅਸੀਂ ਸੁਧਾਰ ਕਰਾਂਗੇ, ਬਸਪਾ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਹੋਣ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੋਵੇ ਕਿ ਬਿਲਕੁਲ ਪੰਥ ਦੀ ਅਸੀਂ ਆਵਾਜ਼ ਹੈ, ਤਾਂ ਸਾਰੀਆਂ ਚੀਜ਼ਾਂ ਨੇ ਔਰ ਆਪਣੇ ਆਪ ਦੇ ਵਿੱਚ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਕੰਮ ਕਰਦੇ ਨੇ। ਨਪਿੰਦਰ ਦਾ ਰੁੱਖ ਕਰਦੇ ਹਾਂ ਜੀ, ਨਪਿੰਦਰ ਬਰਾੜ ਸਾਨੂੰ ਨਜ਼ਰ ਆ ਰਹੇ ਨੇ, ਨਪਿੰਦਰ ਦੇ ਚਿਹਰੇ ਦੇ ਉੱਤੇ ਮੁਸਕਾਨ ਹੈ ਤੇ ਮੁਸਕਾਨ ਦੇ ਨਾਲ ਸਵਾਲ ਸਾਡੇ ਕੋਲ ਵੀ ਹੈਗਾ ਕਿ ਇਹ ਮੁਸਕਾਨ ਨਪਿੰਦਰ ਕਿਹੜੇ ਚਿਹਰੇ ਦੇ ਉੱਤੇ ਅੱਜ ਨਜ਼ਰ ਆਏਗੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਕਿਉਂਕਿ ਹੱਸਣਾ ਤਾਂ ਸਾਰੇ ਚਾਹੁੰਦੇ ਨੇ ਪਰ ਇਸ ਸਮੇਂ ਅੰਦਰ ਦਿਲ ਦੀ ਧੜਕਣ ਬਹੁਤ ਵਧੀ ਹੋਈ ਹੈ ਤੇ ਨਾ ਤਾਂ ਧੜਕਣ ਦੀ ਰਫ਼ਤਾਰ ਮੂੰਹ ਦੇ ਉੱਤੇ ਫੇਸ ਦੇ ਉੱਤੇ ਦਿਖਦੀ ਹੈ ਤੇ ਨਾ ਹੀ ਜਿਹੜੀ ਅੰਦਰੋਂ ਕੋਈ ਜਿੱਤ ਵਾਲੀ, ਤੁਸੀਂ ਕਹਿੰਦੇ ਹੋ ਨਾ ਕਿ ਅੰਦਰੋਂ ਵੀ ਕਈ ਵਾਰ ਹੋ ਰਿਹਾ ਹੁੰਦਾ ਕਿ ਹਾਂ ਮੈਂ ਤਾਂ ਜਿੱਤ ਸਕਦਾ। ਫਿਲਹਾਲ ਸਭ ਇੱਕ ਤਰੀਕੇ ਨਾਲ ਸੋਚ ਹੀ ਰਹੇ ਨੇ, ਇੰਤਜ਼ਾਰ ਕਰ ਰਹੇ ਨੇ ਕਿ ਲੋਕਾਂ ਦਾ ਫਤਵਾ ਕਿਹੜੇ ਪਾਸੇ ਜਾਂਦਾ। ਗਰ ਬਿਲਕੁਲ, ਮੈਂ ਉਹੀ ਜ਼ਿਕਰ ਅਸੀਂ ਕਰ ਰਹੇ ਸੀ, ਮੈਂ ਔਰ ਜਤਿੰਦਰ ਸਿੱਧੂ ਕੈਮਰਾਮੈਨ, ਥੋੜ੍ਹੀ ਦੇਰ ਪਹਿਲਾਂ ਡਾਕਟਰ ਅੰਦਰ ਗਏ ਨੇ, BP ਮੀਟਰ ਲੈ ਕੇ ਅੰਦਰ ਗਏ ਨੇ, ਤਾਂ ਮੈਂ ਇਹ ਸੋਚ ਰਿਹਾ ਸੀ ਕਿ BP ਮੀਟਰ ਅੰਦਰ ਬਹੁਤ ਜ਼ਰੂਰੀ ਹੈ, ਕਈ ਵਾਰ ਕਿਸੇ ਦਾ BP ਉੱਤੇ ਥੱਲੇ ਹੋ ਸਕਦਾ ਜਿਸ ਤਰ੍ਹਾਂ ਦੇ ਨਤੀਜੇ ਕਈ ਵਾਰ ਜੋ ਸਾਹਮਣੇ ਆਉਂਦੇ ਨੇ, ਅਤੇ ਇਸ ਕਰਕੇ ਡਾਕਟਰ ਅਤੇ BP ਮਸ਼ੀਨ ਦੀ ਬੜੀ ਅੰਦਰ ਜ਼ਰੂਰਤ ਹੈ, ਤਾਂ ਉਹ ਹੁਣੇ ਹੁਣੇ ਇੱਕ ਡਾਕਟਰ ਅੰਦਰ ਗਏ ਨੇ, ਅਤੇ ਚਲੋ ਲਾਈਟ ਮੋਡ ਦੀ ਗੱਲ ਹੈ, ਪਰ ਐਕਚੁਅਲ ਦੇ ਵਿੱਚ ਵੀ ਇਹੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਚੋਣ ਹੋ ਰਹੀ ਹੋਵੇ, ਇਸ ਤਰ੍ਹਾਂ ਦਾ ਮੁਕਾਬਲਾ ਹੋਵੇ, ਜਿੱਥੇ ਐਡੀ ਚੋਟੀ ਦਾ ਜ਼ੋਰ ਲੱਗਿਆ ਹੋਵੇ, ਜਿੱਥੇ ਪੂਰੀ ਵਾਹ ਲਾਤੀ ਹੋਵੇ, ਅਤੇ ਜਿਹੜੀ ਸੀਟ ਵਕਾਰੀ ਸੀਟ ਹੋਵੇ, ਜਦੋਂ ਉਸ ਸੀਟ ਦਾ ਨਤੀਜਾ ਆਉਣਾ ਹੋਵੇ ਗੌਰਵ, ਤਾਂ ਉਦੋਂ ਧੜਕਣਾਂ ਬਹੁਤ ਵੱਧਦੀਆਂ ਨੇ, BP ਬਹੁਤ ਉੱਤੇ ਥੱਲੇ ਹੁੰਦਾ, ਤਾਂ ਦੇਖਦੇ ਹਾਂ ਅੱਜ ਕਿਹਦਾ BP ਸਟੇਬਲ ਰਹੇਗਾ ਅਤੇ ਕਿਹਦਾ ਉੱਤੇ ਥੱਲੇ ਹੋਵੇਗਾ, ਅੰਦਰੋਂ ਕਿਹੜਾ ਹੱਸਦਾ ਨਿਕਲੇਗਾ, ਕਿਹੜਾ ਅੰਦਰੋਂ ਮੁਰਝਾਇਆ ਨਿਕਲੇਗਾ, ਅਤੇ ਕਿਹੜਾ ਅੰਦਰੋਂ ਸਵਾਲ ਚੁੱਕਦਾ ਇਲਜ਼ਾਮ ਲਾਉਂਦਾ ਬਾਹਰ ਆਏਗਾ। ਇਹ ਵੀ ਹੈ ਕਿ ਬਾਹਰ ਆ ਕੇ ਜਿੱਥੇ ਕੋਈ ਇੱਕ ਦੋ ਚਿਹਰੇ ਮੁਰਝਾਏ ਹੋ ਸਕਦੇ, ਇੱਕ ਦੋ ਚਿਹਰੇ
ਸਵਾਲਾਂ ਵਾਲੇ ਵੀ ਹੋ ਸਕਦੇ ਆ ਜਿਹੜੇ ਆਉਂਦੇ ਹੀ ਇਹ ਸਵਾਲ ਚੁੱਕਣ ਕੇ ਮੈਂ ਜਿੱਤ ਤਾਂ ਜਾਣਾ ਸੀ ਤੇ ਪਰ ਨਿਰਪੱਖ ਚੋਣ ਨਹੀਂ ਹੋਈ। ਇਹ ਵੀ ਅਕਸਰ ਅਸੀਂ ਦੇਖਦੇ ਹਾਂ ਕਿ ਇੱਦਾਂ ਵੀ ਕਿਉਂਕਿ ਚੋਣਾਂ ਅੱਗੇ ਵੀ ਲੜਨੀਆਂ ਹੁੰਦੀਆਂ ਤਾਂ ਫਿਰ ਸੱਜੇ ਖੱਬੇ 'ਤੇ ਨਿਕਲਣ ਦਾ ਰਾਹ ਜਿਹੜਾ ਲੀਡਰ ਹੈ ਉਹ ਲੱਭ ਕੇ ਰੱਖਦੇ ਨੇ, ਤਾਂ ਐਸੀਆਂ ਚੀਜ਼ਾਂ ਐਸੀਆਂ ਤਸਵੀਰਾਂ ਐਸੀਆਂ ਐਸੇ ਬਿਆਨ ਜਿਹੜੇ ਨੇ ਉਹ ਵੀ ਸਾਹਮਣੇ ਆ ਸਕਦੇ ਨੇ ਜਦੋਂ ਨਤੀਜੇ ਨੇੜੇ ਹੋਣਗੇ। ਪਰ ਹੁਣ ਇਹ ਹੈ ਕਿ ਵੀ ਜਦੋਂ ਪ੍ਰਕਿਰਿਆ ਅੰਦਰ ਸ਼ੁਰੂ ਹੋ ਗਈ ਹੈ ਤਾਂ ਬਸ ਪਹਿਲਾਂ ਰੁਝਾਨ ਆਵੇ ਕਿ ਨਾ ਉਹ ਦੇਖਦੇ ਹਾਂ, ਜਿਵੇਂ ਪੰਜਾਬੀ 'ਚ ਕਹਿੰਦੇ ਵੀ ਬੋਣੀ ਕਿਹਦੀ ਹੁੰਦੀ ਹੈ ਠੀਕ ਠਾਕ, ਤਾਂ ਬੋਣੀ ਦੇਖਣੀ ਹੈ ਕਿਹਦੀ ਠੀਕ ਠਾਕ ਹੁੰਦੀ ਹੈ। ਥੋੜ੍ਹੀ ਦੇਰ ਬਾਅਦ ਜਿੱਦਾਂ ਹੀ ਪਹਿਲਾਂ ਨਤੀਜਾ ਆਵੇਗਾ ਤਾਂ ਉੱਥੋਂ ਸਪਸ਼ਟ ਹੋਏਗਾ ਕਿ ਪਹਿਲੇ ਰੁਝਾਨ 'ਚ ਕਿਹਨੇ ਬਾਜ਼ੀ ਮਾਰੀ ਆ।